You are watching Channel Y. Channel Y, a South Asian Canadian channel. ਸ਼ਹਿਰ ਵਿੱਚ ਨੌਸਰਬਾਜ਼ੀ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਪਰ ਹੁਣ ਨੌਸਰਬਾਜ਼ੀਆਂ ਵੱਲੋਂ ਪਿੰਡਾਂ ਦੇ ਬਾਜ਼ਾਰਾਂ ਵਿੱਚ ਵੀ ਦੁਕਾਨਦਾਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਲੁਧਿਆਣਾ ਦਿਹਾਤੀ ਵਿੱਚ ਪੈਂਦੇ ਪਿੰਡ ਜੋਧਾ ਦੀ ਜਿੱਥੇ ਇੱਕ ਸੁਨਿਆਰੇ ਦੀ ਦੁਕਾਨ ਦੇ ਨਾਲ ਨਕਲੀ ਬੱਚਿਆਂ ਦੇ ਖੇਡਣ ਵਾਲੇ ਨੋਟਾਂ ਦੇ ਨਾਲ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੁਕਾਨਦਾਰ ਕਾਜਲ ਜਵੈਲਰ ਨੇ ਦੱਸਿਆ ਕਿ ਇੱਕ ਮਹਿਲਾ ਅਤੇ ਆਦਮੀ ਸੋਨੇ ਦੇ ਗਹਿਣੇ ਖਰੀਦਣ ਲਈ ਉਸ ਦੀ ਦੁਕਾਨ ਤੇ ਆਏ ਜਿਨ੍ਹਾਂ ਦੇ ਹੱਥ ਵਿੱਚ ਨੋਟਾਂ ਦੀ ਗੱਦੀਆਂ ਲਿਫਾਫੇ ਵਿੱਚ ਪਾ ਕੇ ਫੜੀਆਂ ਹੋਈਆਂ ਸਨ ਜਿਨ੍ਹਾਂ ਨੇ ਸੋਨੇ ਦੀਆਂ ਕੁਝ ਅੰਗੂਠੀਆਂ ਅਤੇ ਟੋਪਸ ਲਏ ਜਿਨ੍ਹਾਂ ਦਾ ਵਜ਼ਨ ਤਕਰੀਬਨ 56 ਗ੍ਰਾਮ ਸੀ ਜਿਸ ਦਾ 1,90,000 ਦਾ ਬਿੱਲ ਬਣਾਉਣ ਨੂੰ ਕਿਹਾ ਇਸ ਦੌਰਾਨ ਉਸ ਮਹਿਲਾ ਨਾਲ ਆਇਆ ਲੜਕਾ ਬਾਹਰ ਚਲਿਆ ਗਿਆ ਤੇ ਮਹਿਲਾ ਗਹਿਣੇ ਦੇਖਣ ਲੱਗ ਗਈ ਤੇ ਅਚਾਨਕ ਮਹਿਲਾ ਨੋਟਾਂ ਵਾਲਾ ਲਿਫਾਫਾ ਕਾਊਂਟਰ ਤੇ ਰੱਖ ਕੇ ਗਹਿਣੇ ਲੈ ਕੇ ਕਾਰ ਵਿੱਚ ਬੈਠ ਕੇ ਫਰਾਰ ਹੋ ਗਈ ਉੱਥੇ ਜਦੋਂ ਦੁਕਾਨਦਾਰ ਨੇ ਨੋਟ ਚੈੱਕ ਕੀਤੇ ਤਾਂ ਸਾਰੇ ਨੋਟ ਨਕਲੀ ਚੂਰਨ ਵਾਲੇ ਸਨ ਅਤੇ ਨਾਲ ਦੀ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਉਕਤ ਮਹਿਲਾ ਅਤੇ ਆਦਮੀ ਦੀ ਫੋਟੋ ਰਿਕਾਰਡ ਹੋ ਗਈ ਐਕਸੀਡੈਂਟ ਹੋਇਆ ਮੇਰੀ ਪਰਸੋਂ ਦੋ ਦਿਨ ਪਹਿਲੇ ਦੁਕਾਨ ਪਰ ਦੋ ਦਿਨ ਇੱਕ ਲੇਡੀਜ਼ ਇੱਕ ਜੈਂਟਸ ਆਏ ਉਹਨਾਂ ਨੇ ਬੋਲਾ ਸੋਨੇ ਕਾ ਭਾਵ ਕਿਆ ਹੈ ਮੈਨੇ ਸੋਨੇ ਕਾ ਭਾਵ ਬਤਾਇਆ ਉਹਨੇ ਬੋਲੇ ਹਮੇ ਕੁਛ ਚੀਜ਼ ਦਿਖਾ ਦਿਓ ਮੈਨੇ ਕਿਆ ਚੀਜ਼ ਦੇਖਣੀ ਬੋਲੇ ਕੜਾ ਵਗੈਰਾ ਦੇਖਾ ਮੈਂ ਕੜਾ ਵਗੈਰਾ ਤਾਂ ਰੱਖਤੇ ਨਹੀਂ ਹੈ ਮੈਂ ਛੋਟੀ ਦੁਕਾਨ ਮੇਰੀ ਬੋਲੇ ਅੰਗੂਠੀ ਵਗੈਰਾ ਹੋਵਾਂ ਤਾਂ ਅੰਗੂਠੀ ਦਿਖਾ ਦੀਜੀਏ तो इतने में उन्होंने अपने नोट में गड्डियाँ निकाली पर्स बैग में से वो दिखाने लगे हमने सोचा चलो उनके नोट में तो हाँ माल लेने ही वाले हैं ये तो हमने उनको माल वजन करके बहुत चीज़ पसंद करते हैं वजन कराते गए सारा वजन करा करके बोले ठीक है अच्छा इसका अट्ठा कट्ठा वजन करो मैंने चलो 56 ग्राम हो गया बोले कितना बैठेगा लगे उन्हें एक अलग में बैठ के बैठेगा बोले ठीक है इसका बल बना बिल बनाओ मैं बिल बनाने लगा लेडीज हाथ में बैठ सामान देखने लगी बोले मैं कुछ छाँट लें इसमें कुछ कम करना तो कम कर देंगे मैं तो बिल तो बनाऊँगा फाइनल तो है तो पहले उनका बंदा जो साथी था जेंट्स वो अपनी गाड़ी में चला गया उसके बाद उसने नोटों गड्डियाँ मेरी काउंटर पटकी और भाग गई एकदम मैं देखा हमने क्या बात भाई कैसे छोड़ गई नोट मैंने उसके नोट लिफाफा खोला लिफाफे में सारे डुप्लीकेट नोट लल्ला चूरन वाले 2000 कूपन 500 कूपन 2000 कूपन 500 कूपन बस उसमें हमने बाहर देखा तब तक वो जा चुकी थी सोने का माल था एक करीब 10-11 अंगूठी थी झुमकी थी 3-4 जोड़ी बाली थी कोई कैमरा मेरी दुकान पर नहीं सामने कैमरे लगे हुए हैं उसमें कुछ गाड़ी वगैरह आई है मैंने अपने बेटे को बुला के FIR भी कराई FIR करा के पुलिस वाले इंक्वायरी करने भी आए तो फोटो भेजे उन्होंने कल रहे उथे ही दूजे पासे पुलिस वालों नकली नोटा नु कब्जे विच लेके कार्रवाई शुरू कर दी गई है मिति 22/10/18 नु पौने 12 तो सवा 12 दे विचकार काजल ज्वेलर दे जोधा मार्केट दे विच एक लेडीज ते एक जेंट्स ਸਵਿਫਟ ਕਾਰ ਵਿੱਚ ਆਏ ਅਤੇ ਉਹਨਾਂ ਨੇ ਆ ਕੇ ਉੱਥੇ ਜਿਹੜੇ ਮਾਲਕ ਨੇ ਸ਼ਾਮ ਸੁੰਦਰ ਵਰਮਾ ਜੀ ਉਹਨਾਂ ਤੋਂ ਗਹਿਣੇ ਦੇਖੇ ਅਤੇ ਕਰੀਬ 56 ਗ੍ਰਾਮ ਗਹਿਣੇ ਤੁਲਵਾ ਕੇ ਲੈ ਲਏ ਅਤੇ ਇਹਦੀ ਮੇਨ ਟਾਈਮ ਲਿਫਾਫੇ 'ਚ ਪੈਸੇ ਦਿਖਾ ਕੇ 500-500 ਅਤੇ 2-2 ਹਜ਼ਾਰ ਦੇ ਨੋਟ ਜੋ ਆਪੇ ਇਹਨੇ ਜਾਲੀ ਅਤੇ ਇਹ ਹੈਗੇ ਬੱਚਿਆਂ ਦੇ ਕੋਪਨ ਵਾਲੇ ਇਹ ਲਿਫਾਫੇ ਪਾ ਕੇ ਉਹਨਾਂ ਨੂੰ ਦਿਖਾ ਤੇ ਵੀ ਆ ਲਓ ਪੈਸੇ ਇਹਦੀ ਮੇਨ ਟਾਈਮ ਉਹ ਗਹਿਣਾ ਚੱਕ ਕੇ ਨਾਲ ਹੀ ਗੱਡੀ 'ਚ ਬਹਿ ਕੇ ਨਿਕਲ ਗਏ ਅਤੇ ਇਹਨਾਂ ਨੂੰ ਇੰਨਾ ਟਾਈਮ ਮਿਲਿਆ ਨਹੀਂ ਵੀ ਇਹ ਨੋਟ ਦੇਖ ਲੈਣ ਜੇ ਚੈੱਕ ਕਰ ਲੈਣ ਬਜ਼ੁਰਗ ਸੀਗੇ ਨਾ ਉੱਠ ਕੇ ਬਾਹਰ ਜਾ ਸਕੇ ਉਹ ਨਾਲ ਦੇ ਗਹਿਣੇ ਲੈ ਕੇ ਨਿਕਲ ਗਏ ਖਿਸਕ ਗਏ ਸੀਸੀਟੀਵੀ ਫੁਟੇਜ ਆਈ ਆ ਉਹਦੇ 'ਚ ਕਾਰ ਦਾ ਨੰਬਰ ਜਿਹੜਾ ਹੈਗਾ ਅੱਗੇ ਨੰਬਰ ਪਲੇਟ ਹੈ ਨਹੀਂ ਪਿੱਛੇ ਜਿਹੜਾ ਨੰਬਰ ਪਲੇਟ ਲੱਗਿਆ ਉਹ ਪੜਿਆ ਨਹੀਂ ਜਾਂਦਾ ਨਾਲੇ ਉਹ 'ਚ 2-3 ਜਿਹੜੇ ਸਟਿੱਕਰ ਨੇ ਕੱਢੇ ਹੋਏ ਨੇ ਪੂਰਾ ਨਹੀਂ ਹੈਗਾ ਇਹ 'ਚ ਮੁਕੱਦਮਾ ਦਰਜ ਕੀਤਾ 124 ਨੰਬਰ ਮੁਕੱਦਮਾ 22/10/18 ਦਾ ਥਾਣਾ ਜੋਧਾ ਵਿਖੇ ਪਰਚਾ ਦਰਜ ਕੀਤਾ ਹੈਗਾ 420 IPC 'ਚ ਅਤੇ ਉਹ ਸੀਸੀਟੀਵੀ ਖੰਘਾਲ ਰਹੇ ਹਾਂ ਜਿੱਥੇ ਜਿੱਥੇ ਹੁੰਦਾ ਉਸ ਤਰ੍ਹਾਂ ਕਰਕੇ ਅਗਲੀ ਕਾਰਵਾਈ ਕੀਤੀ ਹੈ ਇਹ ਹੋ ਸਕਦਾ ਭੇਤੀ ਬੰਦੇ ਹੋਣ ਕਿਉਂਕਿ ਬਜ਼ੁਰਗ ਸਵੇਰੇ ਇਕੱਲੇ ਬੈਠਦੇ ਨੇ ਉਹਨਾਂ ਨੂੰ ਪਤਾ ਹੋ ਸਕਦਾ ਵੀ ਬਜ਼ੁਰਗ ਇਕੱਲੇ ਨੇ ਭੱਜ ਦੌੜ ਨਹੀਂ ਕਰ ਸਕਦੇ ਜਾਂ ਇੰਨੀ ਐਕਟੀਵਿਟੀ ਨਹੀਂ ਦਿਖਾ ਸਕਦੇ ਪਿੱਛਾ ਕਰ ਲੈਣ ਇਸ ਕਰਕੇ ਇਹ ਪੁਆਇੰਟ ਵੀ ਆਪਾਂ ਨਕਾਰਿਆ ਨਹੀਂ ਜਾ ਸਕਦਾ ਯੂ ਆਰ ਵਾਚਿੰਗ ਚੈਨਲ ਵਾਈ ਚੈਨਲ ਵਾਈ ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ